ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਅਤੇ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ। ਅੱਜ ਸਾਡੇ ਨਾਲ ਫਿਰ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਸੁਨੀਲ ਜੀ। ਡੱਲਾ ਜੀ, ਅੱਜ ਦੀ ਜਿਹੜੀ ਰਾਜਨੀਤੀ ਹੈ ਕਾਫੀ ਪੱਖੀ ਹੋਈ ਆ, 84 ਦਾ ਮਸਲਾ ਕਾਫੀ ਉੱਠਿਆ ਹੋਇਆ। ਪੰਜਾਬ ਤੋਂ ਇਹ ਸ਼ੁਰੂ ਮਸਲਾ ਜ਼ਿਆਦਾ ਹੁੰਦਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ, ਸਿੱਖਾਂ ਨਾਲ ਇਹ ਜੁੜਿਆ ਹੋਇਆ ਮਸਲਾ, ਕੌਮ ਨਾਲ ਜੁੜਿਆ ਹੋਇਆ ਮਸਲਾ। ਲੇਕਿਨ 84 ਦੇ ਕਤਲੇਆਮ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਤਾਜ਼ਾ ਬਿਆਨ ਆਇਆ। ਉਹ ਬਿਆਨ ਤੋਂ ਬਾਅਦ ਜਿਹੜਾ ਬੀਜੇਪੀ, RSS ਇਹਨਾਂ ਲੀਡਰਾਂ ਦਾ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ, ਕੀ ਕਹੋਗੇ ਇਸ ਪੂਰੇ ਮਾਮਲੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਹਮੇਸ਼ਾ ਸਵਾਗਤ ਕਰਾਂਗੇ ਜਦੋਂ ਜਦੋਂ ਵੀ ਭਾਰਤ ਦੀ ਅਦਾਲਤ ਹੈ ਉਹ 84 ਦੇ ਕਤਲ ਦੇ ਕਿਸੇ ਦੋਸ਼ੀ ਨੂੰ ਸਜ਼ਾ ਦਿੰਦੀ ਹੈ। ਸੱਜਣ ਕੁਮਾਰ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਇਹ ਸਵਾਗਤ ਕਰਨ ਯੋਗ ਹੈ, ਕਿਉਂਕਿ ਅਦਾਲਤ ਨੇ ਬਹੁਤ ਕੱਪੜ ਛਾਣ ਕਰਕੇ ਸਜ਼ਾ ਸੁਣਾਈ ਹੈ ਔਰ ਅਦਾਲਤ ਦੀਆਂ ਟਿੱਪਣੀਆਂ ਵੀ ਬਹੁਤ ਗੰਭੀਰ ਆਈਆਂ ਨੇ। ਸੋ ਸੱਜਣ ਕੁਮਾਰ ਨੇ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਉਹਨੇ ਅਪੀਲ ਕਰ ਦਿੱਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੀ ਸੁਪਰੀਮ ਕੋਰਟ ਸੱਜਣ ਕੁਮਾਰ ਨੂੰ ਕੋਈ ਰਾਹਤ ਦੇਵੇਗੀ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਚਿੰਤਾ ਪ੍ਰਗਟ ਕਰ ਚੁੱਕੀ ਹੈ ਕਿ 84 ਦੇ ਕਤਲਾਂ ਦੇ ਮਾਮਲੇ 'ਚ ਇਨਸਾਫ਼ ਨੂੰ ਬਹੁਤ ਦੇਰੀ ਹੋਈ ਹੈ। ਦੂਸਰਾ ਜੀ, ਅਦਾਲਤਾਂ ਤਾਂ ਆਪਣਾ ਕੰਮ ਕਰ ਰਹੀਆਂ ਨੇ, ਅੜਿੱਕਾ ਬਣ ਗਈ ਹੈ ਹਮੇਸ਼ਾ ਸਿਆਸਤ ਔਰ ਸਾਡੇ ਮੁਲਕ ਦੀ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਰਾਜਸੀ ਲਾਹਾ ਲੱਭਦੀ ਹੈ। ਅੱਜ ਦੀਆਂ ਜੇ ਤੁਸੀਂ ਸਥਿਤੀਆਂ ਦੇਖੋ ਤਾਂ 84 ਦੇ ਕਤਲੇਆਮ ਦਾ ਸਿਆਸੀਕਰਨ ਹੋ ਗਿਆ। ਸਜ਼ਾਵਾਂ ਕਿੰਨੀਆਂ ਹੋਈਆਂ ਨੇ, ਸੱਜਣ ਕੁਮਾਰ ਨੂੰ ਹੋਈ ਹੈ ਇੱਕ, ਦੋ ਸਜ਼ਾਵਾਂ ਪਿਛਲੇ ਨਵੰਬਰ ਦੇ ਮਹੀਨੇ ਦੇ ਵਿੱਚ ਹੋਈਆਂ ਨੇ, ਇੱਕ ਫਾਂਸੀ ਉਮਰ ਕੈਦ। ਤਿੰਨ ਸਜ਼ਾਵਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਲੀਡਰ ਇੰਝ ਪੇਸ਼ ਕਰ ਰਹੇ ਨੇ ਆਪਣੇ ਆਪ ਨੂੰ ਜਿਵੇਂ 84 ਦਾ ਮੁਕੰਮਲ ਇਨਸਾਫ਼ ਦੁਆਤਾ। ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਮੋਦੀ ਸਾਹਿਬ ਦਾ ਗੁਣਗਾਨ ਕਰਨ ਲੱਗ ਗਏ ਕਿ ਮੋਦੀ ਸਾਹਿਬ ਨੇ SIT ਬਣਾਈ ਅਤੇ 84 ਦਾ ਇਨਸਾਫ਼ ਮਿਲਿਆ। ਇਹ ਇਨਸਾਫ਼ ਨਹੀਂ ਮਿਲਿਆ, ਹਾਲੇ ਤਾਂ ਸੱਜਣ ਕੁਮਾਰ ਜੇਲ੍ਹ 'ਚ ਵੀ ਨਹੀਂ ਗਿਆ ਔਰ ਹਾਲੇ ਤਾਂ ਇੰਨੇ ਸਾਰੇ ਜਿਹੜੇ ਕੇਸ ਨੇ 84 ਦੇ ਉਹ ਦਰਜ ਹੀ ਨਹੀਂ ਹੋਏ ਕਿ ਨਰਿੰਦਰ ਮੋਦੀ ਦੀ SIT ਨੇ ਨਵੇਂ ਕੇਸ ਦਰਜ ਕਰਾਏ, ਪੁਲਿਸ ਨੇ ਜਿਹੜੀਆਂ ਫਾਈਲਾਂ ਬੰਦ ਕਰਤੀਆਂ ਸੀ, ਕੀ ਕਿਸੇ ਮੁਕਾਮ 'ਤੇ ਪੁੱਜੇ? ਇਹ ਸਿਆਸੀ ਅਸਲ ਦੇ ਵਿੱਚ ਕੀ ਹੈ, ਮੈਂ ਬੜੀ ਹੈਰਾਨੀ ਨਾਲ ਕਹੂੰਗਾ ਕਿ ਅਕਾਲੀ ਦਲ ਸਾਰੀਆਂ ਚੀਜ਼ਾਂ ਭੁੱਲ ਗਿਆ। BJP ਦੇ ਪੰਜਾਬ ਦੇ ਲੀਡਰ ਵੀ 84 ਦੇ ਕਤਲ 'ਤੇ ਕਹਿ ਰਹੇ ਨੇ ਕਿ ਮੋਦੀ ਸਾਹਿਬ ਆਏ ਨੇ, SIT ਬਣ ਗਈ ਅਤੇ ਇਨਸਾਫ਼ ਹੋਣ ਲੱਗ ਗਿਆ, ਜਿਵੇਂ 84 ਦਾ ਇਨਸਾਫ਼ ਦੇ ਗਏ। ਇਹ ਇਸ ਤਰੀਕੇ ਨਾਲ ਵੋਟਾਂ ਮੰਗਣ ਆ ਗਏ ਨੇ, ਹੁਣ ਰੈਲੀਆਂ 'ਚ ਜ਼ਿਕਰ ਸ਼ੁਰੂ ਹੋ ਗਿਆ। ਅਮਿਤ ਸ਼ਾਹ ਉਹਨਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਕਹਿੰਦੇ ਸਾਡੀ ਸਰਕਾਰ ਆਈ ਅਤੇ ਇਨਸਾਫ਼ ਮਿਲ ਗਿਆ। ਅਸਲ 'ਚ 84 ਦਾ ਇਨਸਾਫ਼ ਹਾਲੇ ਵੀ ਬਹੁਤ ਦੂਰ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਗੁੱਸੇ 'ਚ ਕਹਿਣਾ ਪਿਆ ਕੈਪਟਨ ਅਮਰਿੰਦਰ ਨੂੰ, ਕੈਪਟਨ ਅਮਰਿੰਦਰ ਦੇ ਮੀਡੀਆ ਸਲਾਹਕਾਰ ਨੇ ਰਵੀਨ ਠੁਕਰਾਲ, ਇਹ ਤਸਵੀਰ ਤੁਸੀਂ ਨਾਲ ਨਾਲ ਦੇਖ ਵੀ ਲਓਗੇ, ਉਹਨਾਂ ਨੇ ਫੇਸਬੁੱਕ 'ਤੇ ਪੋਸਟ ਪਾਈ। ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਕਿਹਾ ਗਿਆ ਕਿ 84 ਦੇ ਕਤਲੇਆਮ ਲਈ ਜਿਹੜੇ ਕਾਂਗਰਸ ਦੇ ਲੀਡਰ ਸ਼ਾਮਲ ਸੀ ਉਹ ਵਿਅਕਤੀਗਤ ਤੌਰ 'ਤੇ ਸ਼ਾਮਲ ਸੀ, ਪਰ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਹੋਰ ਬੜੀ ਅਹਿਮ ਗੱਲ ਕਹੀ ਹੈ ਕਿ RSS ਅਤੇ ਭਾਜਪਾ ਦੇ ਕਈ ਲੀਡਰਾਂ 'ਤੇ ਵੀ ਸਵਾਲ ਖੜ੍ਹੇ ਹੁੰਦੇ ਨੇ। ਸੋ ਮੈਂ ਇਹ ਪੁੱਛਦਾ, ਕੈਪਟਨ ਅਮਰਿੰਦਰ ਨੇ ਵੀ ਇਹੀ ਪੁੱਛਿਆ ਵੀ ਸੁਖਬੀਰ ਬਾਦਲ ਇਹ ਦੱਸਣ ਕਿ ਕਦੇ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ 84 ਦੇ ਵਿੱਚ ਕਾਂਗਰਸੀਆਂ ਦੀ ਤਾਂ ਭੂਮਿਕਾ ਤੁਸੀਂ ਮੰਗਦੇ ਹੋ, ਕੀ ਤੁਸੀਂ ਕਦੀ BJP ਜਾਂ RSS ਦੇ ਜਿਹੜੇ ਵਰਕਰ ਸੀ, ਲੀਡਰ ਸੀ, ਉਹਨਾਂ ਦੀ ਭੂਮਿਕਾ ਤੁਸੀਂ ਕਦੀ ਜਾਂਚ ਦੀ ਮੰਗ ਕੀਤੀ ਹੈ? ਔਰ ਮੈਂ ਵੀ ਬੜਾ ਹੈਰਾਨ ਹਾਂ, ਮੈਨੂੰ ਨਹੀਂ ਯਾਦ ਕਿ ਕਦੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਨੇ ਕਿਹਾ ਹੋਵੇ ਕਿ ਆਹ RSS ਦੇ ਲੀਡਰ ਨੇ, ਆਹ BJP ਦੇ ਲੀਡਰ ਨੇ ਦਿੱਲੀ ਦੇ ਵਿੱਚ, ਇਹਨਾਂ ਦਾ ਵੀ ਨਾਮ 'ਤੇ ਸਵਾਲ ਖੜ੍ਹੇ ਹੋ ਰਹੇ ਨੇ। ਕਮਲਨਾਥ ਨਾਲੋਂ ਵੱਧ ਨਾਮ RSS ਅਤੇ BJP ਦੇ ਲੀਡਰਾਂ ਦਾ ਉੱਥੇ ਫਾਈਲਾਂ 'ਚ ਗੂੰਜ ਰਿਹਾ ਔਰ ਕੈਪਟਨ ਅਮਰਿੰਦਰ ਨੇ 2014 ਦੇ ਵਿੱਚ ਵੀ ਬਿਆਨ ਦਿੱਤੇ ਸੀ ਔਰ ਉਹਨਾਂ ਨੇ ਨਾਮ ਲਏ ਸੀ, ਮੇਰੇ ਕੋਲ ਵੀ ਨਾਮ ਹੈ, 4 ਨਾਮ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ BJP ਅਤੇ RSS ਦੇ ਲੀਡਰਾਂ ਦੇ ਲੈਂਦੇ ਨੇ, ਪਰ ਮੈਂ ਉਹਨਾਂ ਦਾ ਜ਼ਿਕਰ ਹਾਲੇ ਨਹੀਂ ਕਰੂੰਗਾ। ਔਰ ਕੈਪਟਨ ਅਮਰਿੰਦਰ ਨੇ ਇੱਥੋਂ ਤੱਕ ਕਿਹਾ ਕਿ ਉੱਥੇ ਤੁਗਲਕਾਬਾਦ ਇੱਕ ਥਾਂ ਹੈ
ਉੱਥੇ ਪੁਲਿਸ ਦੇ ਰਿਕਾਰਡ 'ਚ ਵੀ ਉਹਨਾਂ ਦੇ ਨਾਮ ਹੈ, ਪਰ ਅੱਜ ਤੱਕ ਨਾ ਬਾਦਲ ਨੇ, ਨਾ ਕਦੀ ਸੁਖਬੀਰ ਬਾਦਲ ਨੇ, ਔਰ ਨਾ ਕਦੀ ਪੰਜਾਬ ਦੇ ਭਾਜਪਾਈਆਂ ਨੇ ਉਹਦੇ 'ਤੇ ਜ਼ੁਬਾਨ ਖੋਲ੍ਹੀ ਹੈ। ਇਹਦਾ ਮਤਲਬ ਸਪਸ਼ਟ ਹੈ ਕਿ ਕਾਂਗਰਸ 'ਤੇ ਨਿਸ਼ਾਨਾ ਰਾਜਨੀਤਿਕ ਤੌਰ 'ਤੇ ਅਕਾਲੀ ਦਲ ਵਾਲੇ ਵੀ ਲਾ ਰਹੇ ਨੇ। ਮਨਜਿੰਦਰ ਸਿਰਸਾ ਤਾਂ ਹੁਣ ਬੀਜੇਪੀ ਦੇ ਨਾਲ ਸਾਂਝਾ ਹੋ ਕੇ MLA ਬਣ ਗਿਆ। ਮਨਜਿੰਦਰ ਸਿਰਸੇ ਤੋਂ ਵੀ ਮੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਬੀਜੇਪੀ ਅਤੇ RSS ਨਾਲ ਜਿਹੜੇ ਜੁੜੇ ਲੋਕ ਹੈ ਉਹਨਾਂ ਦੀ ਵੀ ਜਾਂਚ ਦੇ ਦਾਇਰੇ 'ਚ ਲਿਆਉਣ ਦੀ ਗੱਲ ਕਰੋ। 84 ਦਾ ਜਿਹੜਾ ਸਾਡੇ 'ਤੇ ਕਤਲੇਆਮ ਵਾਪਰਿਆ ਉਹ ਸਿਰਫ ਜੇ ਕਾਂਗਰਸ ਦੇ ਲੀਡਰ ਆ ਗਏ ਤਾਂ ਇਹ ਨਹੀਂ ਵੀ ਸਾਰਾ ਹੀ ਕਾਂਗਰਸ ਸੀ, ਜੇ ਕਾਂਗਰਸ ਤੋਂ ਇਲਾਵਾ ਵੀ ਕਿਸੇ ਦਾ ਨਾਮ ਆਉਂਦਾ ਬੀਜੇਪੀ ਅਤੇ RSS ਦਾ, ਇਹ ਮੰਗ ਜ਼ੋਰ ਸ਼ੋਰ ਨਾਲ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਫੜੋ, ਉਹਨਾਂ ਤੋਂ ਵੀ ਪੁੱਛੋ। ਔਰ ਜਿੱਦਣ ਮੋਦੀ ਸਾਹਿਬ ਨੇ ਅਕਾਲੀ ਦਲ ਵਾਲੇ ਵੀ ਜਿਹੜੇ ਕਹਿੰਦੇ ਨੇ RSS ਅਤੇ ਬੀਜੇਪੀ ਦੇ ਉਹ ਲੀਡਰ ਵੀ ਪੁੱਛਗਿੱਛ ਦੇ ਦਾਇਰੇ 'ਚ ਲਿਆਉਂਦੇ ਜਿਨ੍ਹਾਂ 'ਤੇ ਸਵਾਲ ਹੈ, ਤਾਂ ਫਿਰ ਜ਼ਰੂਰ ਮੈਂ ਵੀ ਸਲਿਊਟ ਕਰੂੰਗਾ ਮੋਦੀ ਸਾਹਿਬ ਨੂੰ ਕਿ ਜੀ ਮੋਦੀ ਸਾਹਿਬ ਤੁਹਾਡੀ ਜਿਹੜੀ SIT ਸੀ ਜਾਂ ਤੁਹਾਡਾ ਜਿਹੜਾ ਸ਼ਾਸਨ ਸੀ ਉਹ ਤੁਸੀਂ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਹੈ, ਨਹੀਂ ਤਾਂ ਇਹ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਬਣ ਗਿਆ। ਮੈਂ ਅੱਗੇ ਵੀ ਕਹਿੰਦਾ ਹੁੰਦਾ 3 ਲੋਕਾਂ ਨੂੰ ਸਜ਼ਾਵਾਂ ਦੇਣਾ 84 ਕਤਲੇਆਮ ਦਾ ਇਨਸਾਫ ਨਹੀਂ ਹੈ। ਮੋਦੀ ਸਾਹਿਬ ਨੂੰ ਕਦੀ ਸਨਅਤੀ ਕੇਂਦਰ ਲੁਧਿਆਣੇ ਲੈ ਕੇ ਜਾਓ ਜਿੱਥੇ ਕਤਲੇਆਮ ਪੀੜਤਾਂ ਦੀ ਕਲੋਨੀ ਹੈ, ਮੋਦੀ ਸਾਹਿਬ ਨੂੰ ਕਦੀ ਜਲੰਧਰ ਲੈ ਕੇ ਜਾਓ ਜਿੱਥੇ ਕਤਲੇਆਮ ਪੀੜਤ ਵਸੇ ਨੇ ਔਰ ਜਿੱਥੇ ਹਿਮਾਚਲ ਕਾਨਪੁਰ ਤੋਂ ਆ ਕੇ ਵੀ ਕਤਲੇਆਮ ਪੀੜਤ ਵਸੇ ਨੇ। ਸੋ ਉਹਨਾਂ ਤੋਂ ਜਾ ਕੇ ਪੁੱਛੋ ਕਿ ਕੀ ਉਹਨਾਂ ਲੋਕਾਂ ਦਾ ਕਦੀ ਮੁੜ ਵਸੇਵਾ ਹੋਇਆ, ਔਰ ਸਾਡੀਆਂ ਮਾਤਾਵਾਂ ਬੀਬੀਆਂ ਸਨਅਤੀ ਕੇਂਦਰ ਲੁਧਿਆਣੇ ਜਿੱਥੇ ਸੁਖਬੀਰ ਬਾਦਲ ਪੰਜਾਬ 'ਚ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਿ ਅਸੀਂ ਇਨਸਾਫ ਦਵਾਤਾ, ਅਕਾਲੀ ਦਲ ਹਮੇਸ਼ਾ 84 ਕਤਲੇਆਮ ਪੀੜਤਾਂ ਦੇ ਨਾਲ ਖੜ੍ਹਾ, ਸੁਖਬੀਰ ਬਾਦਲ ਕਦੀ ਕਤਲੇਆਮ ਪੀੜਤ ਕਲੋਨੀ 'ਚ ਜਾ ਕੇ ਉਹਨਾਂ ਬੀਬੀਆਂ ਨੂੰ ਮਿਲ ਕੇ ਆਵੇ ਜਿਨ੍ਹਾਂ ਕੋਲ ਡੰਗ ਬਦਲਾਉਣ ਨੂੰ ਪੈਸੇ ਨਹੀਂ, ਜਿਹੜੀਆਂ ਮਜ਼ਦੂਰੀ ਕਰਕੇ ਲੋਕਾਂ ਦੇ ਘਰਾਂ 'ਚ ਗੋਡੀ ਕਰਕੇ ਘਾਹ ਖੋਦ ਕੇ ਰੋਟੀ ਖਾਂਦੀਆਂ ਨੇ 2 ਵੇਲੇ ਦੀਆਂ, ਜਿਨ੍ਹਾਂ ਨੇ ਕਿਡਨੀਆਂ ਦਾ ਇਲਾਜ ਕਰਾਉਣਾ ਉਹਨਾਂ ਕੋਲ ਪੈਸਾ ਨਹੀਂ, ਜਿਨ੍ਹਾਂ ਦੇ ਅੱਖਾਂ 'ਚ ਮੋਤੀਆ ਆ ਗਿਆ ਉਹਨਾਂ ਦੇ ਅੱਖਾਂ ਦਾ ਮੋਤੀਆ ਇਲਾਜ ਕਰਾਉਣ ਨੂੰ ਪੈਸਾ ਨਹੀਂ, ਕਿੰਨੀਆਂ ਵਿਧਵਾ ਬੀਬੀਆਂ ਨੇ। ਸੋ ਜਦ ਤੱਕ ਉਹਨਾਂ ਲੋਕਾਂ ਦਾ, ਉਹਨਾਂ ਬਜ਼ੁਰਗ ਬੀਬੀਆਂ ਤੱਕ ਇਨਸਾਫ਼ ਨਹੀਂ ਪਹੁੰਚਦਾ, ਇਹ 2-3 ਸਜ਼ਾਵਾਂ ਦਵਾ ਕੇ ਸੱਜਣ ਕੁਮਾਰ ਵਰਗਿਆਂ ਨੂੰ ਇਹ ਵੋਟਾਂ ਮੰਗਣ ਵਾਲੇ ਪਾਸੇ ਤੁਰੇ ਨੇ, ਇਹ ਕੋਈ ਸਿਹਤਮੰਦ ਰਾਜਨੀਤੀ ਨਹੀਂ ਹੈ। ਸੋ ਮੈਂ ਚਾਹੁੰਦਾ ਔਰ ਸਾਰੇ ਦੇਸ਼ਵਾਸੀ ਵੀ ਚਾਹੁੰਦੇ ਨੇ ਕਿ ਪੋਲੀਟੀਕਲ ਪਾਰਟੀਆਂ 84 ਕਤਲੇਆਮ 'ਤੇ ਸਿਆਸਤ ਨਾ ਕਰਨ, ਸਿਆਸਤ ਕਰਕੇ ਹੀ ਜਿਹੜਾ ਇਹ 84 ਦਾ ਇਨਸਾਫ ਹੈ ਇਹ ਬੜੀ ਦੇਰ ਨਾਲ ਸਾਡੇ ਤੱਕ ਪਹੁੰਚਣਾ ਸ਼ੁਰੂ ਹੋਇਆ। ਹਾਲਾਂਕਿ ਦਿੱਲੀ ਪੁਲਿਸ ਦੇ ਜਿਹੜੇ ਅੰਕੜੇ ਨੇ ਉਹ ਇਹਨਾਂ 3 ਮਾਮਲਿਆਂ ਤੋਂ ਪਹਿਲਾਂ, ਜਿਹੜਾ ਸੁਖਬੀਰ ਬਾਦਲ ਅਤੇ ਅਕਾਲੀ ਦਲ ਵਾਲੇ ਕਹਿ ਰਹੇ ਨੇ ਨਾ ਕਿ ਮੋਦੀ ਸਾਹਿਬ ਦੇ ਰਾਜ 'ਚ ਆਹ ਵੱਡੇ ਫੈਸਲੇ ਹੋ ਗਏ, ਦਿੱਲੀ ਪੁਲਿਸ ਦਾ ਰਿਕਾਰਡ ਕਹਿੰਦਾ ਕਦੀ RTI ਲਾ ਕੇ ਪੁੱਛ ਲਈਓ ਦਿੱਲੀ ਦੀ ਪੁਲਿਸ ਨੂੰ ਜਿਨ੍ਹਾਂ ਨੂੰ ਵਹਿਮ ਹੈ, ਲਗਭਗ 442 ਤੋਂ ਜ਼ਿਆਦਾ ਲੋਕਾਂ ਨੂੰ ਸਜ਼ਾਵਾਂ ਹੋਈਆਂ ਨੇ ਪਹਿਲਾਂ। ਪਰ ਜਿੱਥੇ ਅਸਲ ਇਨਸਾਫ ਨਾਲ ਚਾਹੀਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਬੀਬੀਆਂ ਦਾ, ਔਰ ਜਲੰਧਰ ਦੇ ਵਿੱਚ ਜਿਹੜੇ ਕਤਲੇਆਮ ਪੀੜਤ ਨੇ ਕਈ ਹਿਮਾਚਲ 'ਚੋਂ ਆਏ ਨੇ, ਉਹ ਕਹਿੰਦੇ ਸਾਡੀਆਂ ਉੱਥੇ ਦੁਕਾਨਾਂ ਸੀ, ਸਾਡਾ ਰੁਜ਼ਗਾਰ ਸੀ, ਸਾਡਾ ਰੁਜ਼ਗਾਰ ਖਤਮ ਹੋ ਗਿਆ, ਸਾਨੂੰ ਕਿਸੇ ਨੇ ਦੁਕਾਨ ਨਹੀਂ ਦਿੱਤੀ, ਸਾਡਾ ਪੁਨਰਵਾਸ ਕੀ ਕਰਨਾ। ਸੋ ਇਸ ਕਰਕੇ 84 ਦੇ ਇਸ ਕਤਲੇਆਮ ਦੇ ਮਸਲੇ 'ਤੇ ਬੜੀ ਸੌੜੀ ਸਿਆਸਤ ਹੋ ਰਹੀ ਹੈ, ਮਾੜੀ ਸਿਆਸਤ ਹੋ ਰਹੀ ਹੈ। ਔਰ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਸੋਨੀਆ ਗਾਂਧੀ ਦਾ ਨਾਰਕੋ ਟੈਸਟ ਮੰਗਦੇ ਹੈ, ਇਹ BJP ਵਾਲਿਆਂ ਦਾ ਔਰ RSS ਵਾਲਿਆਂ ਦਾ ਵੀ ਕਦੀ ਨਾਰਕੋ ਟੈਸਟ ਮੰਗ ਲੈਣ। ਮੈਂ BJP ਜਾਂ RSS ਦਾ ਵਿਰੋਧੀ ਨਹੀਂ ਹਾਂ, ਪਰ ਮੈਂ ਇਹ ਕਹਿਣਾ ਕਿ ਜਿਹੜਾ ਕਤਲੇਆਮ 84  'ਚ ਹੋਇਆ ਸੀ ਉਹ ਇਹੋ ਜਿਹਾ ਕਤਲੇਆਮ ਸੀ, ਉਹਦੇ ਲਈ ਤੁਸੀਂ ਸਿਰਫ ਕਾਂਗਰਸ ਨੂੰ ਜ਼ਿੰਮੇਦਾਰ ਠਹਿਰਾ ਕੇ ਆਪ ਬਚਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਸਮੂਹਿਕ ਜ਼ਿੰਮੇਦਾਰੀ ਬਣਦੀ ਹੈ ਸਿੱਖ ਭਾਈਚਾਰੇ 'ਤੇ ਜਿਸ ਤਰੀਕੇ ਦਾ ਇਹ ਅੱਤਿਆਚਾਰ ਹੋਇਆ ਸੀ, ਕਿ ਅਸੀਂ ਇਨਸਾਫ ਦਈਏ। ਡੱਲਾ ਜੀ, ਇੱਕ ਫਿਰ ਅਸੀਂ ਜਿਹੜੇ ਹੁਕਮਰਾਨਾਂ ਦੇ ਬਿਆਨ ਆ ਰਹੇ ਨੇ ਇਸ ਮਸਲੇ 'ਤੇ ਉਹ ਸੁਣ ਲਈਏ, ਫਿਰ ਅੱਗੇ ਵਧਦੇ ਹਾਂ ਦਿੱਲੀ ਵਿਧਾਨ ਸਭਾ ਦੇ ਵੱਲ। ਭਾਰਤੀ ਜਨਤਾ ਪਾਰਟੀ ਕੀ ਸਰਕਾਰ ਨੇ ਇੱਕ SIT ਬਣਾਈ ਔਰ SIT ਕੇ ਤਹਿਤ ਜਾਂਚ ਸ਼ੁਰੂ ਹੋਈ, ਇੱਕ ਕੇ ਬਾਅਦ ਇੱਕ ਕੇ ਬਾਅਦ ਇੱਕ ਕੇ ਬਾਅਦ ਇੱਕ ਕੇਸ ਮੇ ਆਜ ਸਿੱਖ ਦੰਗਾ ਪੀੜਿਤ ਕੇ ਵਿਕਟਿਮੋ ਕੋ
न्याय मिल रहा है और कांग्रेसियों को सजा हो रही है। देश भर के अंदर दंगा के खिलाफ भाषण करने वाले कांग्रेसियों का दोहरा चेहरा आज कोर्ट के सामने बेनकाब हो गया है। ये सिद्ध हो गया है कि जो रायट्स हुए थे तत्कालीन सत्ताधीशों की निगरानी के अंदर हुए थे और सिखों भाई बहनों पर जो अत्याचार हुआ था वो कांग्रेस पार्टी के नेताओं ने किया था, वो आज सिद्ध हो चुका है। दलाई राजीव गांधी बारे दिल्ली विधानसभा दे विच एक मता लिया गया जिस बारे काफ़ी रौला विधानसभा दे विच भी पिया, विधानसभा के बाहर भी काफ़ी रौला देखने मिलया, राजनीतिक तौर पर काफ़ी बयानबाजी वो हुई, तुहाड़ी की पड़ताल है उस पूरे मसले पर? जिहड़ी मैं पहला गल की थी, जी जिवें अरविंद केजरीवाल जिवें भाजपा 84 ते राजनीतिक लाहा लैण की कोशिश कर रही है उस तरह का पत्ता खेलने की कोशिश की अरविंद केजरीवाल ने। राजीव गांधी उस वेले प्रधानमंत्री सी और जे बरगाड़ी लई बादल जिम्मेदार ने, जे बरगाड़ी लई बादल जिम्मेदार ने लोगों के मुताबिक कि बरगाड़ी लई बादलों की सरकार नूं असीं बरी नहीं कर सकते, बादलों की सरकार वेले आ कांड होया ते निश्चित तौर पर राजीव गांधी के वेले कांड होया और राजीव गांधी नूं असीं दोष मुक्त नहीं कर सकते। अगर वह प्रधानमंत्री सी ते उन्हूं ख्याल रखने की जरूरत सी इन्हां सारियां स्थितियां दे विच, जे वह प्रधानमंत्री नहीं भी सी ता भी क्योंकि उस धिर की सरकार सी, कांग्रेस की सरकार सी, उन्हां दी जिम्मेदारी सी कि सिख भाईचारे के लोगों की जान माल उन्हां सारयां दी राखी की जाती, क्योंकि आम बेकसूरे लोगों नूं सज़ा देनी किसी भी धर्म के मजहब के नहीं सिखाया जाता। अरविंद केजरीवाल ने भी मैनू लगता है ये दुचित्ती वाली स्थिति बना ली, विधानसभा के टैलीविजन से चलिया असी देखिया कि मता बोलिया जा रहा है, हुण अरविंद केजरीवाल की सरकार कहती असी वो मता पास ही नहीं किया। स्पष्ट तौर पर अरविंद केजरीवाल का यूटर्न नज़र आता है और ये कोई नवी गल नहीं, अरविंद केजरीवाल ने विक्रम मजीठिए तो माफ़ी मांग ली, अरविंद केजरीवाल ने जवाकों की सहु खा के काम दूजा कर लिया, अरविंद केजरीवाल गल गल से एस वाई एल से पंजाब चाके होर तो हरियाणे चाके होर, सो इन लीडर की जी क्रैडिबिलिटी है वह खत्म हुई और पंजाबियों ने बड़िया अखा से बिठाया केजरीवाल को, पर जो कुछ केजरीवाल साहब ने किया ठीक है, दिल्ली तो उन्होंने हस्पताल खोलते, स्कूल खोलते, एजुकेशन उच्चा करता, वो अरविंद केजरीवाल दिल्ली वाले दिल्ली के लोग वोटा भी पा देंगे, पर 84 के कतलेआम से जो कुछ विधानसभा दिल्ली होया वो बड़ा शर्मसार करने वाला सी जिस तरीके का यह यूटर्न बनया। और मैनू लगता है कि विधानसभावां नू मजाक भी बनाता साढ़े लीडर ने कई बार, स्पष्ट विधानसभा दे विच लीडर बोल रहे ने ते तुसी बाद च कहने हो कि जिहड़ा आ गल बोली गई ये मते का हिस्सा नहीं सी, सो ये तो मैनू बड़ी हैरानी वाली लगता है। ट्यूशन पढ़ने वाले बच्चे भी मैनू लगता है मास्टर अगे इस तरीके असिधी गल नहीं करते, सो सीधी गल इन्हों करनी चाहिए सी, जो कुछ होया वो अरविंद केजरीवाल की जी अपनी इमेज है वो भी धुमिल हुई है और सिख भाईचारे के जेडे लोग ने वो भी कोई बहुता चंगा महसूस नहीं कर पा रहे अरविंद केजरीवाल की विधानसभा के जो कुछ होया। और बहुत सारे लोग कहते हैं और स्पष्ट भी है अरविंद केजरीवाल हुण महागठबंधन का हिस्सा बनने वाले ने क्योंकि वह मीटिंगों के नज़र आए हैं, संजय सिंह तो राजस्थान जिथे कांग्रेस ने सहु चक्की उत्थे मेहमान बन के भी गए सी, सो इस करके किते ना किते कांग्रेस के नाल गठबंधन आप की भी मजबूरी होगी क्योंकि आप वाले पंजाब च एक अद्धी सीट तो कढ सकणगे जे कांग्रेस के नाल समझौता हुंदा आम आदमी पार्टी का, इस करके हो सकता है आम आदमी पार्टी वालों नूं मता पास होने तो बाद समझ आया होवे कि असी ये किहड़ा काम करता तो असी स्थिति नूं दुचित्ती वाला कर दीए, गोलमोल कर दीए। इहदा नुकसान अरविंद केजरीवाल नूं सिर्फ दिल्ली च नहीं पंजाब च बहुत ज़्यादा होना और पंजाब च तां पहले ही इन्हां दा जिहड़ा आधार है
ਉਹ ਖਿਸਕ ਗਿਆ ਜਿਵੇਂ ਸਤਲੁਜ ਜਿਹੜਾ ਵੱਡਾ ਦਰਿਆ ਹੈ। ਕਈ ਵਾਰੀ ਤੁਸੀਂ ਸਤਲੁਜ ਦਰਿਆ ਦੇ ਕੰਢੇ 'ਤੇ ਖੜ੍ਹੇ ਹੁੰਦੇ ਹੋ ਹੜ੍ਹਾਂ ਦੇ ਦਿਨਾਂ 'ਚ, ਬਰਸਾਤਾਂ ਦੇ ਦਿਨਾਂ 'ਚ, ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਿੱਟੀ 'ਤੇ ਖੜ੍ਹੇ ਹੋ, ਹਕੀਕਤ ਦੇ ਵਿੱਚ ਤੁਸੀਂ ਪਾਣੀ 'ਤੇ ਖੜ੍ਹੇ ਹੁੰਦੇ ਹੋ, ਅਤੇ ਥੋੜ੍ਹੀ ਦੇਰ ਬਾਅਦ ਉਹ ਮਿੱਟੀ ਦਲਦਲ ਬਣ ਕੇ ਤੁਹਾਨੂੰ ਪਾਣੀ 'ਚ ਲੈ ਜਾਂਦੀ ਹੈ। ਸੋ ਉਸੇ ਤਰ੍ਹਾਂ ਦੇ ਫੈਸਲੇ ਅਰਵਿੰਦ ਕੇਜਰੀਵਾਲ ਕਈ ਵਾਰੀ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਬੜੇ ਸੁਰੱਖਿਅਤ ਖੜ੍ਹੇ ਨੇ, ਪਰ ਉਹ ਸੁਰੱਖਿਅਤ ਨਹੀਂ ਖੜ੍ਹੇ। ਉਹਨਾਂ ਨੇ ਆਪਣਾ ਵੱਡਾ ਜ਼ਮੀਨੀ ਆਧਾਰ ਹੈ ਜਿਹੜਾ ਆਪਣੀਆਂ ਇਹ ਗੋਲਮੋਲ ਫੈਸਲਿਆਂ ਕਰਕੇ, ਇਹ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਦੋਵਾਂ ਪਾਸੇ ਦੀਆਂ, ਦੋਵਾਂ ਪਾਸਿਆਂ ਨੂੰ ਖੁਸ਼ ਕਰਨ ਦੀਆਂ ਗੱਲਾਂ ਕਰਕੇ ਉਹਨਾਂ ਨੇ ਰਾਜਨੀਤਿਕ ਤੌਰ 'ਤੇ ਨੁਕਸਾਨ ਕੀਤਾ। ਫੈਸਲੇ ਸਥਿਰਤਾ ਦੇ ਨਾਲ, ਵਿਜ਼ਨ ਦੇ ਨਾਲ, ਸੱਚਾਈ 'ਤੇ ਲੈਣੇ ਚਾਹੀਦੇ ਨੇ। ਇਹ ਸੋਚ ਕੇ ਨਹੀਂ ਵੀ ਮੈਂ ਇੱਕ ਪਾਰਟੀ ਨਾਲ ਗਠਬੰਧਨ ਕਰਨਾ, ਮੈਂ ਦੂਸਰੇ ਭਾਈਚਾਰੇ ਨੂੰ ਖੁਸ਼ ਕਰਦਾ। ਰਾਜਨੀਤੀ ਮਿਸ਼ਨ ਹੈ, ਔਰ ਅਗਰ ਮਿਸ਼ਨ ਬਣਾ ਕੇ ਰਾਜਨੀਤਿਕ ਲੋਕ ਚੱਲਣਗੇ ਅਤੇ ਲੋਕ ਉਹਨਾਂ ਦੇ ਨਾਲ ਖੜਨਗੇ, ਨਹੀਂ ਤਾਂ ਰਾਜਨੀਤਿਕ ਤੌਰ 'ਤੇ ਲੋਕਾਂ ਨੇ ਵੋਟਾਂ ਦੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਹਿੰਦੇ ਨੇ ਬੋਰੀਆ ਬਿਸਤਰਾ ਗੋਲ ਕਰ ਦੇਣਾ। ਅਸੀਂ ਵੇਖਿਆ ਕਿ ਸਰਕਾਰਾਂ ਆਉਂਦੀਆਂ ਵੀ ਨੇ ਅਤੇ ਸਰਕਾਰਾਂ ਜਾਂਦੀਆਂ ਵੀ ਨੇ। ਸੁਖਬੀਰ ਬਾਦਲ ਵੀ 25 ਸਾਲ ਰਾਜ ਕਰਨ ਦਾ ਸੁਪਨਾ ਲੈ ਕੇ ਆਇਆ ਸੀ ਅਤੇ 10 ਸਾਲ ਬਾਅਦ ਲੋਕਾਂ ਨੇ ਬੋਰੀਆ ਬਿਸਤਰਾ ਬੰਨ੍ਹ ਕੇ ਸੁਖਬੀਰ ਬਾਦਲ 13-14-15 ਸੀਟਾਂ ਦੇ ਉੱਤੇ ਤੌਰ 'ਤੇ ਸਾਨੂੰ ਸਾਰਿਆਂ ਨੂੰ ਪਤਾ। ਹੁਣ ਕੇਜਰੀਵਾਲ ਨਾਲ ਵੀ ਇਹ ਜਿਹੜੇ ਫੈਸਲੇ ਕੀਤੇ ਨੇ ਇਹਦਾ ਨੁਕਸਾਨ ਹੋਊਗਾ। ਹਾਲੇ ਵੀ ਕੇਜਰੀਵਾਲ ਵੱਲੋਂ ਇਹ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਸੋ ਜੇ ਹੁਣ ਵੀ ਕੇਜਰੀਵਾਲ ਸਥਿਤੀ ਸਪੱਸ਼ਟ ਕਰ ਦੇਣ ਤਾਂ ਮੈਂ ਜ਼ਰੂਰ ਜਿਹੜੀ ਗੱਲ ਕੇਜਰੀਵਾਲ ਸਾਹਿਬ ਕਹਿਣਾ ਚਾਹੁੰਦੇ ਨੇ ਉਹ ਵੀ ਕਹਿ ਦੂੰਗਾ। ਔਰ ਜੇ ਕੋਈ ਅਕਾਲੀ ਦਲ ਵਾਲਾ ਜਾਂ ਆਪ ਵਾਲਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਮੇਰੀਆਂ ਗੱਲਾਂ ਤੋਂ ਨਾ ਖੁਸ਼ ਹੋ ਕੇ, ਜਾਂ ਕੋਈ RSS ਜਾਂ BJP ਵਾਲਾ ਮੇਰੇ ਤੋਂ ਨਾ ਖੁਸ਼ ਹੋ ਕੇ ਆਪਣੀ ਗੱਲ ਰੱਖਣਾ ਚਾਹੁੰਦਾ ਅਤੇ ਮੁੱਦੇ ਦੀ ਗੱਲ 'ਚ, ਉਹਨਾਂ ਦਾ ਵੀ ਖੁੱਲ੍ਹਾ ਸਵਾਗਤ ਹੈ। ਕਿਸੇ ਵੀ ਤਰਕ 'ਤੇ ਅਸੀਂ ਗੱਲ ਕਰ ਸਕਦੇ ਹਾਂ ਲੌਜੀਕਲ ਗਰਾਊਂਡ ਦੇ ਉੱਤੇ। ਜੇ ਡੱਲਾ ਜੀ, ਇੱਕ ਹੋਰ ਅਹਿਮ ਚੀਜ਼ ਆ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਹਾਲ ਆ ਇਹ ਸਾਰਿਆਂ ਨੂੰ ਪਤਾ, 2 ਧੜੇ ਪਹਿਲਾਂ ਬਣ ਚੁੱਕੇ ਹੋਏ ਨੇ, ਅਤੇ ਪੰਜਾਬ ਦੇ ਵਿੱਚ ਦਿੱਲੀ 'ਤੇ ਉੱਠੇ ਇਸ ਮਸਲੇ ਦਾ ਕੀ ਅਸਰ ਪਏਗਾ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਤੁਹਾਨੂੰ ਕੀ ਨਜ਼ਰ ਆਉਂਦਾ? ਦੇਖੋ, ਪੰਜਾਬ 'ਚ ਆਮ ਆਦਮੀ ਪਾਰਟੀ ਬਹੁਤ ਨੁਕਸਾਨੀ ਗਈ ਹੈ, ਬਹੁਤ ਨੁਕਸਾਨੀ ਗਈ ਹੈ। ਔਰ ਆਮ ਆਦਮੀ ਪਾਰਟੀ, ਮੈਨੂੰ ਨਹੀਂ ਲੱਗਦਾ ਅੱਜ ਦੀ ਸਥਿਤੀ 'ਚ ਪੰਜਾਬ ਦੇ ਵਿੱਚ 1 ਵੀ ਸੀਟ ਜਿੱਤਣ ਦੀ ਹੱਕਦਾਰ ਬਚੀ ਹੈ। ਹਾਲਾਂਕਿ ਇਹ ਪੰਜਾਬ ਦੇ ਲੋਕ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ, ਉਹਨਾਂ ਨੇ ਵੋਟਾਂ ਪਾਉਣੀਆਂ ਨੇ ਮੇਰੀ ਨਜ਼ਰ 'ਚ। ਸੋ ਮੈਨੂੰ ਨਹੀਂ ਲੱਗਦਾ ਕਿ ਇਹ 1 ਵੀ ਸੀਟ ਜਿੱਤਣਗੇ। ਇਹ ਭਾਵੇਂ ਕਹਿੰਦੇ ਹੁਣ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ, ਕਿਉਂਕਿ ਪੰਜਾਬ 'ਚ ਵਿਚਰੇ ਨਹੀਂ ਕੇਜਰੀਵਾਲ ਸਾਹਿਬ। ਕੇਜਰੀਵਾਲ ਦੇ ਮੂੰਹ ਨੂੰ ਪੰਜਾਬ 'ਚ ਵੋਟਾਂ ਪਈਆਂ ਸੀ, ਉਹ ਪੰਜਾਬ 'ਚ ਵਿਚਰੇ ਨਹੀਂ। ਇਹਨਾਂ ਦੇ ਲੀਡਰ ਆਪਸ 'ਚ ਲੜੀ ਜਾਂਦੇ ਨੇ, ਚੌਥੇ ਕੁ ਦਿਨ ਇਹਨਾਂ ਦਾ ਲੀਡਰ ਬਦਲ ਜਾਂਦਾ, ਇਹਨਾਂ ਦੇ ਲੀਡਰ ਦੇ ਵਿੱਚ ਕੋਈ ਸਾਨੂੰ ਇਹਨਾਂ ਦੇ ਸੰਗਠਨ 'ਚ ਕੋਈ ਏਕਤਾ ਨਜ਼ਰ ਨਹੀਂ ਆਉਂਦੀ, ਕਿੰਨੇ ਧੜੇ ਬਣ ਗਏ ਨੇ। ਇਸ ਕਰਕੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਮੈਨੂੰ ਕੋਈ ਭਵਿੱਖ ਇਸ ਵੇਲੇ ਨਜ਼ਰ ਨਹੀਂ ਆ ਰਿਹਾ। ਸਾਡੀ ਸਿਰਫ ਇੰਨੀ ਮੰਗ ਆ ਕਿ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਇਸ ਦੇਸ਼ ਵਿੱਚ ਇੱਕ ਅਲੱਗ ਰਾਜਨੀਤੀ ਦਾ ਵੀ ਗੁਹਾਰ ਲਾਉਂਦੇ ਸੀਗੇ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਇੱਕ ਰਾਜਨੀਤੀ ਸੱਤਾ ਲੈਣ ਵਾਸਤੇ ਨਹੀਂ ਪਰ ਲੋਕਾਂ ਦੇ ਹਾਲਾਤ ਪਰਿਵਰਤਨ ਕਰਨ ਵਾਸਤੇ ਅਸੀਂ ਰਾਜਨੀਤੀ ਵਿੱਚ ਪੈਰ ਰੱਖਿਆ, ਅੱਜ ਉਹਨਾਂ ਨੂੰ ਦੱਸਣਾ ਪਵੇਗਾ ਕਿ ਭਾਰਤ ਰਤਨ ਦਾ ਪ੍ਰਸਤਾਵ ਪਾਸ ਆ ਕਿ ਵਾਪਸ ਆ, ਔਰ ਅਗਰ ਵਾਪਸ ਆ ਤਾਂ ਕਿਤੇ ਇਹ ਤਾਂ ਨਹੀਂ ਗਾ ਕਿ ਤੁਹਾਡੀ ਸੰਧੀ ਕਾਂਗਰਸ ਦੇ ਨਾਲ, ਅਲਾਇੰਸ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਵਾ, ਅਤੇ ਅਗਰ ਹੋਣ ਜਾ ਰਿਹਾ ਵਾ ਤਾਂ ਫਿਰ ਲੋਕਾਂ ਤੋਂ ਮਾਫ਼ੀ ਮੰਗਣੀ ਪਵੇਗੀ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੀ ਸਹੁੰ ਖਾਧੀ ਆ ਕਿ ਮੈਂ ਕਿਸੇ ਕਰਪਟ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਗੱਠਜੋੜ ਨਹੀਂ ਕਰਾਂਗਾ। ਅਤੇ ਡੱਲਾ ਜੀ, ਇੱਕ ਹੋਰ ਬੜੀ ਜਿਹੜੀ ਜ਼ਰੂਰੀ ਮੇਰੇ ਜ਼ਿਹਨ ਦੇ ਵਿੱਚ ਸਵਾਲ ਆ, ਸੁਖਪਾਲ ਖਹਿਰਾ ਅਤੇ ਭੰਗਵੰਤ ਮਾਨ ਇੱਕ ਦੂਜੇ ਦੇ ਪ੍ਰਤੀ ਅੱਜ ਕੱਲ੍ਹ ਬੋਲਣ ਮਤਲਬ ਖੁੱਲ੍ਹੇ ਤੌਰ 'ਤੇ ਸ਼ੁਰੂ ਹੋ ਗਏ ਨੇ, ਕੀ ਸੰਕੇਤ ਮਿਲਦੇ ਨੇ? ਜਿਹੜਾ ਉਹਨਾਂ ਭਗਵੰਤ ਮਾਨ ਦਾ ਹੁਣ ਤਾਜ਼ਾ ਬਿਆਨ ਆਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਲੜਨਗੇ, ਤੁਹਾਨੂੰ ਕੀ ਲੱਗਦਾ? ਦੇਖੋ, ਇੱਕ ਤਾਂ ਕਿਉਂਕਿ ਸੁਖਪਾਲ ਖਹਿਰਾ ਨੇ 2-3 ਦਿਨ ਪਹਿਲਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ, ਜੀ ਉਹਨਾਂ ਨੇ ਖੁੱਲ੍ਹਾ ਸੱਦਾ ਮਾਰਿਆ ਕਿ ਤੁਸੀਂ ਹਮਖਿਆਲੀ ਪਾਰਟੀਆਂ ਨੇ ਜਿਹੜੀਆਂ ਉਹ ਸਾਡੇ ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ ਆਓ, ਸਾਡੇ ਅਲਾਇੰਸ ਦਾ ਤੁਸੀਂ ਹਿੱਸਾ ਬਣੋ, ਅਸੀਂ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਸੋਚੀਏ। ਔਰ ਜਿੱਥੋਂ ਤੱਕ ਮੈਨੂੰ ਲੱਗਦਾ,
ਸਪਸ਼ਟ ਤੌਰ 'ਤੇ ਜਿਹੜੇ ਸੁਖਪਾਲ ਖਹਿਰਾ ਦੇ ਨਾਲ ਦੇ ਵਿਧਾਇਕ ਹੈ ਉਹ ਤਾਂ ਅਸਤੀਫਾ ਨਹੀਂ ਦੇਣਗੇ, ਪਰ ਸੁਖਪਾਲ ਖਹਿਰਾ ਮੈਨੂੰ ਲੱਗਦਾ ਕਿ ਅਸਤੀਫਾ ਦੇਣਗੇ, ਸੁਖਪਾਲ ਖਹਿਰਾ ਕੁਰਬਾਨੀ ਦੇਣਗੇ ਔਰ ਉਹ ਲੋਕ ਸਭਾ ਦੀ ਚੋਣ ਲੜਨਗੇ। ਔਰ ਸੁਖਪਾਲ ਖਹਿਰਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਬਠਿੰਡਾ ਤੋਂ ਹੀ ਲੋਕ ਸਭਾ ਦੀ ਚੋਣ ਲੜਨਗੇ, ਔਰ ਬੀਬੀ ਹਰਸਿਮਰਤ ਕੌਰ ਬਾਦਲ, ਸੁਖਪਾਲ ਖਹਿਰਾ ਔਰ ਕਾਂਗਰਸ ਦਾ ਉੱਥੇ ਕੋਈ ਨਾ ਕੋਈ ਉਮੀਦਵਾਰ ਹੋਊਗਾ, ਆਪਸ ਦੇ ਵਿੱਚ ਇਹਨਾਂ ਦੀ ਤਿਕੋਣੀ ਟੱਕਰ ਉੱਥੇ ਬਣਨੀ ਹੈ। ਔਰ ਕੋਈ ਵੱਡੀ ਗੱਲ ਨਹੀਂ ਹੈ ਕਿ ਸੁਖਪਾਲ ਖਹਿਰਾ ਉੱਥੋਂ ਸੀਟ ਵੀ ਕੱਢ ਕੇ ਲੈ ਜਾਣ, ਕਿਉਂਕਿ ਇਸ ਵਕਤ ਸੁਖਪਾਲ ਖਹਿਰਾ ਸਹੀ ਸ਼ਬਦਾਂ ਦੇ ਵਿੱਚ ਪੰਜਾਬ ਦੇ ਵਿੱਚ ਅਸਲ ਵਿਰੋਧੀ ਧਿਰ ਹੈ। ਸੁਖਬੀਰ ਬਾਦਲ ਦੀ ਪਾਰਟੀ ਸਵਾਲਾਂ 'ਚ ਹੈ, ਅਕਾਲੀ ਦਲ ਵਾਲੇ ਤਾਂ ਬਰਗਾੜੀ ਦੇ ਕਾਂਡ ਨੇ ਹੀ ਜ਼ਮੀਨ ਤੋਂ ਲਾਹ ਤੇ, ਚੋਣਾਂ ਹਾਰ ਗਏ, ਲੋਕ ਸਭਾ ਦੀਆਂ ਨਗਰ ਨਿਗਮ ਦੀਆਂ ਚੋਣਾਂ ਉਹ ਹਾਰ ਗਏ। ਸੁਖਪਾਲ ਖਹਿਰਾ, ਕਿਉਂਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨਾਲ ਜਿਵੇਂ ਕਹਾਂ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਨੂੰ ਖੂੰਜੇ ਲਾਤਾ ਸੀ, ਪਰ ਸੁਖਪਾਲ ਖਹਿਰਾ ਨੇ ਆਪਣੀ ਹਿੰਮਤ ਦੇ ਨਾਲ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ ਔਰ ਕਈ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਆਏ ਨੇ। ਸੋ ਮੈਨੂੰ ਲੱਗਦਾ ਵਿਧਾਇਕ ਸਾਰੇ ਨਾਲ ਰਹਿਣਗੇ, ਸੁਖਪਾਲ ਖਹਿਰਾ ਅਸਤੀਫਾ ਦੇਣਗੇ। ਔਰ ਇਸ ਗੱਲ ਦਾ ਗੁੱਸਾ ਭਗਵੰਤ ਮਾਨ ਨੂੰ ਵੀ ਹੈ। ਭਗਵੰਤ ਮਾਨ ਦਾ ਫਿਰ ਇੱਕ ਬਿਆਨ ਹੈ, ਆਪਾਂ ਸੁਣ ਹੀ ਲੈਂਦੇ ਹਾਂ। ਭਗਵੰਤ ਮਾਨ ਮਜ਼ਾਕੀਆ ਲਹਿਜ਼ੇ 'ਚ ਗੱਲ ਕਰ ਰਹੇ ਨੇ, ਜਿਵੇਂ ਮਜ਼ਾਕ ਉਡਾ ਰਹੇ ਹੋਣ, ਗੁੱਸਾ ਕੱਢ ਰਹੇ ਹੋਣ ਸੁਖਪਾਲ ਖਹਿਰਾ 'ਤੇ ਅਤੇ ਕੰਵਰ ਸੰਧੂ 'ਤੇ। ਉਹ ਕਹਿੰਦੇ ਜਿਵੇਂ ਗੱਲ ਹੁੰਦੀ ਹੈ ਕਿ ਪਿੰਡ ਵਸਿਆ ਨਹੀਂ ਅਤੇ ਉਹ ਪਹਿਲਾਂ ਹੀ ਆ ਗਏ, ਸਾਨੂੰ ਸਾਰਿਆਂ ਨੂੰ ਪਤਾ ਕੌਣ ਪਹਿਲਾਂ ਹੀ ਆ ਗਏ, ਸੰਕੇਤ ਭਗਵੰਤ ਮਾਨ ਦਾ। ਭਗਵੰਤ ਮਾਨ ਕਹਿੰਦਾ ਪਾਰਟੀ ਹੈ ਨਹੀਂ, ਸਮਰਥਨ ਮੰਗੀ ਜਾਂਦੇ। ਸੋ ਗੱਲ ਸੁਣ ਲਈਏ ਭਗਵੰਤ ਮਾਨ ਦੀ। ਜਿਸ ਵੇਲੇ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਉਸ ਵੇਲੇ ਸੁਖਬੀਰ ਬਾਦਲ ਪਿੱਛੇ ਪੋਨੀ ਟੇਲ ਕਰਕੇ ਐਲ ਏ ਦੇ ਕਲੱਬਾਂ 'ਚ ਨੱਚਦਾ ਫਿਰਦਾ ਹੁੰਦਾ ਸੀ। ਉਦੋਂ ਬੇਕਰਸਫੀਲਡ ਇਹ ਪਤਾ ਨਹੀਂ ਕਿਹੜੀ ਪੜ੍ਹਾਈ ਕੀਤੀ ਹੈ, ਉਹ ਤਾਂ ਦੱਸੀ ਨਹੀਂ ਇਹਨੇ ਕਦੇ। ਸੋ ਮੈਂ ਇਹ ਆਪਦੇ ਭਾਸ਼ਣਾਂ ਦੇ ਵਿੱਚ ਵੀ ਕਹਿੰਦਾ ਰਿਹਾ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਮਰ ਰਹੇ ਸੀ, ਭਾਵੇਂ ਉਹ ਹਾਰਡਲਾਈਨਰ ਵਾਲੇ ਪਾਸੇ ਸੀ, ਭਾਵੇਂ ਪੁਲਿਸ ਵਾਲੇ ਪਾਸੇ ਸੀ, ਭਾਵੇਂ ਆਮ ਲੋਕ ਸੀ, ਜਿਸ ਵੇਲੇ ਇੱਥੇ ਖੂਨ ਦੇ ਦਰਿਆ ਵਹਿ ਰਹੇ ਸੀ ਉਸ ਵੇਲੇ ਇਹ ਉੱਥੇ ਮੌਜਾਂ ਕਰਦੇ ਸੀ ਅਮਰੀਕਾ 'ਚ। ਅਤੇ ਜਦੋਂ ਹਾਲਾਤ ਠੀਕ ਹੋ ਗਏ ਕਹਿੰਦੇ ਆ ਜਾ ਪੁੱਤ ਤੈਨੂੰ ਡਿਪਟੀ ਸੀ ਐਮ ਬਣਾ ਦਿੰਦੇ ਹਾਂ। ਚਲੋ ਭਗਵੰਤ ਮਾਨ ਦੀ ਗੱਲ ਸੁਣ ਲਈ ਅਤੇ ਡੱਲਾ ਜੀ ਹੁਣ ਇੱਕ ਬੜਾ ਸਰਵੇ ਵਾਲਾ ਸਵਾਲ ਮੈਂ ਤੁਹਾਤੋਂ ਲਊਂਗਾ, ਕਿਉਂਕਿ ਮੈਂ ਆਪ ਵੀ ਇਹ ਸਵਾਲ ਪੁੱਛਿਆ ਸੀ ਕਿ ਜਿਹੜਾ ਅੱਜ ਦਾ ਯੂਥ ਆ ਜਿਹਨੂੰ ਸਾਡੇ ਦੇਸ਼ ਦਾ ਭਵਿੱਖ ਵੀ ਕਿਹਾ ਜਾਂਦਾ, ਉਹਨਾਂ ਤੋਂ ਮੈਂ ਪੁੱਛਿਆ ਸੀ ਕਿ ਕਿਹੜੀ ਪਾਰਟੀ ਨੂੰ ਜਾਂ ਕਿਹੜੇ ਰਾਜਨੀਤਿਕ ਦਲ ਨੂੰ ਤੁਸੀਂ ਸਪੋਰਟ ਕਰਦੇ ਹੋ, ਪਸੰਦ ਕਰਦੇ ਹੋ। ਮੈਂ ਇਹ ਵੀ ਨਹੀਂ ਪੁੱਛਿਆ ਸੀ ਉਹਨਾਂ ਤੋਂ ਕਿ ਹਾਂ ਕਿੰਨਾ ਫੇਵਰ ਕਰਦੇ ਹੋ, ਸਿਰਫ ਇੰਨਾ ਪੁੱਛਿਆ ਸੀ ਕਿ ਅੱਜ ਦੇ ਜਿਹੜੇ ਹਾਲਾਤ ਬਣੇ ਨੇ ਦੇਸ਼ ਦੇ ਵਿੱਚ ਕਿਹੜੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਹੋ। ਅਤੇ ਉਹਨਾਂ ਨੇ ਜਿਹੜੇ 80% ਇਹੋ ਜਿਹੇ ਸੀਗੇ ਨਹੀਂ ਦੇ ਵਿੱਚ ਜਿਨ੍ਹਾਂ ਦਾ ਮਤਲਬ ਸਿੱਧੇ ਸਾਫ਼ ਤੌਰ 'ਤੇ ਨਾ ਜਵਾਬ ਆਇਆ ਸੀ, ਹਾਲਾਂਕਿ ਯੂਥ ਨੂੰ ਪੋਲੀਟੀਕਲ ਪਾਰਟੀਆਂ ਕਾਫ਼ੀ ਸਪੋਰਟ ਕਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿਹੋ ਜਿਹੀ ਇਹ ਵਿਚਾਰ ਜਿਹੜਾ ਜੋ ਬਦਲ ਰਹੀ ਅੱਜ ਯੂਥ ਦੇ ਵਿੱਚ, ਕਿਉਂ ਇਹੋ ਜਿਹੇ ਇਹ ਹਾਲਾਤ ਬਣ ਰਹੇ ਨੇ? ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ ਸਰਵੇਖਣ ਨੇ, ਚਲੋ ਇਹ ਤਾਂ ਆਪਾਂ ਕੁਝ ਲੋਕਾਂ ਦੀ ਰਾਏ ਹੈ ਸਰਵੇਖਣ, ਪਰ ਜਿੱਥੋਂ ਤੱਕ ਮੈਂ ਆਪਣਾ ਤਜਰਬਾ ਦੱਸਦਾ ਪਿਛਲੇ ਲੰਮੇ ਸਮੇਂ ਦਾ, ਜਿਹੜੀ ਸਾਡੀ ਨੌਜਵਾਨੀ ਹੈ ਉਹਦਾ ਭਰੋਸਾ ਰਾਜਨੀਤੀ ਤੋਂ ਹਟਿਆ, ਉਹ ਇਸ ਕਰਕੇ ਹਟਿਆ। ਹੁਣ ਨਰਿੰਦਰ ਮੋਦੀ ਸਾਹਿਬ ਨੂੰ ਦੇਖ ਲਓ, ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ, ਕਿਹੋ ਜਿਹਾ ਰੋਜ਼ਗਾਰ ਮਿਲਿਆ? ਕੈਪਟਨ ਅਮਰਿੰਦਰ ਸਿੰਘ ਨੂੰ ਦੇਖ ਲਓ, ਘਰ ਘਰ ਕਹਿੰਦੇ ਰੋਜ਼ਗਾਰ ਦੇ ਦਾਂਗੇ, ਪੌਣੇ 2 ਸਾਲ ਤਾਂ ਹੋ ਗਿਆ, ਤੁਸੀਂ ਕਿੰਨੇ ਕੁ ਘਰਾਂ 'ਚ ਰੋਜ਼ਗਾਰ ਦੇ ਤਾ? ਇਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਨੇ ਨਾ ਉਹ ਸੁਪਨੇ ਜ਼ਿਆਦਾ ਦਿਖਾਉਂਦੇ ਨੇ ਸਟੇਜਾਂ ਤੋਂ ਖੜ੍ਹੇ ਹੋ ਕੇ, ਔਰ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਸਮਝ ਗਏ ਕਿ ਇਹਨਾਂ ਨੇ ਸਟੇਜ ਖੜ੍ਹ ਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਵੀ ਤੁਹਾਨੂੰ ਖੁਸ਼ਹਾਲ ਕਰ ਦਾਂਗੇ, ਇਕੱਲੇ ਇਕੱਲੇ ਨੂੰ ਨੌਕਰੀ ਦੇ ਦਿਆਂਗੇ, ਇਕੱਲੇ ਇਕੱਲੇ ਦਾ ਕਰਜ਼ਾ ਮਾਫ਼ ਕਰ ਦਿਆਂਗੇ, ਅਤੇ ਹਕੀਕਤ ਦੇ ਵਿੱਚ ਇਹ ਆਪਣੀ ਸਿਕਿਉਰਿਟੀ ਚਾਹੁੰਦੇ ਨੇ। ਜੀ ਜੀ, ਇਹਨਾਂ ਦੀ ਰੋਜ਼ੀ ਰੋਟੀ ਤਾਂ ਚੱਲਣੀ ਹੈ, ਇਹਨਾਂ ਦੀ ਲਾਈਫ ਸੋਹਣੀ ਤਾਂ ਬਣਨੀ ਹੈ ਜੇ ਮੁੱਖ ਮੰਤਰੀ ਬਣਨਗੇ, ਜੇ ਇਹ ਪ੍ਰਧਾਨ ਮੰਤਰੀ ਬਣਨਗੇ, ਜੇ ਇਹ ਕਿਸੇ ਪਾਰਟੀ ਦੇ ਪ੍ਰਧਾਨ ਬਣਨਗੇ। ਨੌਜਵਾਨ ਇਹ ਸੋਚਦਾ ਕਿ ਇਹ ਜਿਹੜੇ ਲੀਡਰ ਨੇ ਆਪਣਾ ਘਰ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਸ ਕਰਕੇ ਸਾਨੂੰ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ, ਪਰ ਬਹੁਤ ਤਰੀਕੇ ਨਾਲ ਜੇ ਕੰਮ ਹੋਵੇ ਸਾਡੇ ਦੇਸ਼ 'ਚ ਤਾਂ ਮੋਦੀ ਸਾਹਿਬ ਰੁਜ਼ਗਾਰ ਵੀ ਪੈਦਾ ਕਰ ਸਕਦੇ ਸੀ, ਕੈਪਟਨ ਅਮਰਿੰਦਰ ਸਿੰਘ ਰੁਜ਼ਗਾਰ ਵੀ ਪੈਦਾ ਕਰ ਸਕਦੇ ਸੀ,
ਸਿਰਫ ਨੌਕਰੀਆਂ ਦਾ ਸੁਪਨਾ ਨਾ ਦਿਖਾ ਕੇ ਸਾਡੇ ਨੌਜਵਾਨਾਂ ਨੂੰ ਐਂਟਰਪਨੀਅਰਸ਼ਿਪ ਡਿਵੈਲਪਮੈਂਟ ਦੇ ਪਾਸੇ ਤੋਰਨਾ ਚਾਹੀਦਾ ਹੈ। ਉਹਨਾਂ ਨੂੰ ਖੁਦ ਛੋਟੇ ਛੋਟੇ ਐਂਟਰਪਨੀਅਰ ਬਣਾਉਣ ਦੀ ਦਿਸ਼ਾ 'ਚ ਕੰਮ ਹੋਣਾ ਚਾਹੀਦਾ ਹੈ। ਉਹਨਾਂ ਨੂੰ ਅਸੀਂ ਛੋਟੇ ਛੋਟੇ ਕਾਮੇ ਬਣਾਈਏ, ਉਹ ਆਪਣੇ ਕੰਮ ਸ਼ੁਰੂ ਕਰਨ। ਚਾਈਨਾ ਦੇਖੋ ਕਿੱਥੇ ਪਹੁੰਚ ਗਿਆ। ਸਾਡੇ ਮੰਤਰੀ ਚੀਨ ਦਾ ਜਦੋਂ ਦੌਰਾ ਕਰਕੇ ਆਉਂਦੇ ਨੇ ਤਾਂ ਬੜੇ ਖੁਸ਼ ਹੁੰਦੇ ਨੇ ਆ ਕੇ, ਲੇਕਿਨ ਇੱਥੇ ਆ ਕੇ ਉਹ ਜਿਹੇ ਕੰਮ ਨਹੀਂ ਕਰਦੇ ਕਿ ਅਸੀਂ ਵੀ ਆਪਣੇ ਮੁਲਕ 'ਚ ਚੀਨ ਵਾਂਗ ਰੁਜ਼ਗਾਰ ਪੈਦਾ ਕਰੀਏ, ਜਰਮਨੀ ਵਾਂਗ ਰੁਜ਼ਗਾਰ ਪੈਦਾ ਕਰੀਏ। ਬਹੁਤ ਕਾਬਲੀਅਤ ਹੈ ਸਾਡੇ ਵਿਦਿਆਰਥੀਆਂ 'ਚ। ਸਾਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ ਜਿਹੜਾ ਪ੍ਰਧਾਨ ਮੰਤਰੀ ਇਹ ਸਮਝੇ ਕਿ ਮੈਂ ਆਪਣੇ ਦੇਸ਼ ਦੇ ਨੌਜਵਾਨਾਂ 'ਤੇ ਪੈਸਾ ਲਾਉਣਾ, ਉਹਨਾਂ ਨੂੰ ਮੈਂ ਡਿਵੈਲਪ ਕਰਨਾ ਕਿ ਉਹ ਆਪਣਾ ਕੰਮ ਕਰਨ, ਉਹਨਾਂ ਨੂੰ ਮੈਂ ਆਪਣੇ ਪੈਰਾਂ 'ਤੇ ਖੜਾ ਕਰਨਾ, ਇਹ ਉਹਦਾ ਟਾਰਗੇਟ ਹੋਣਾ ਚਾਹੀਦਾ। ਚਲੋ ਡੱਲਾ ਜੀ, ਇਹ ਤਾਂ ਹੁਣ ਦੇਖਦੇ ਹਾਂ ਕਿ ਨਵੀਆਂ ਪਾਰਟੀਆਂ ਲੋਕ ਸਭਾ ਦੇ ਵਿੱਚ ਕੀ ਕੁਛ ਨਵਾਂ ਕਰਦੀਆਂ ਨੇ। ਭਵਿੱਖ ਦਾ ਸਾਨੂੰ ਵੀ ਇੰਤਜ਼ਾਰ ਹੈ ਕਿ ਬਿਹਤਰ ਰਹੇ ਸਾਰਿਆਂ ਦਾ ਭਵਿੱਖ। ਚਲੋ ਅੱਜ ਦੇ ਇਸ ਖਬਰ ਪੜਤਾਲ ਦੇ ਵਿੱਚ ਕੁਛ ਅਹਿਮ ਖਬਰਾਂ ਦੀ ਪੜਤਾਲ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।